ਦਾ ਮੁਰਗਾ ਖਰੀਦ ਕੇ ਲਾਇਆ, ਕੁੱਕੜ ਖਰੀਦ ਕੇ ਲਾਇਆ ਮਾਰਨ ਵਾਸਤੇ, ਤਾਂ ਉਹਦਾ ਮਾਲਕ ਬਣ ਗਿਆ। ਤਾਂ ਉਹਨੇ ਮੁਰਗੇ ਨੂੰ ਮਾਰਨਾ ਸੀਗਾ, ਉਹਨੇ ਸੋਚਿਆ ਵੀ ਮੁਰਗੇ ਨੂੰ ਕਿਸੇ ਬਹਾਨੇ ਨਾਲ ਮਾਰਨਾ। ਉਹਨੇ ਮੁਰਗੇ ਨੂੰ ਕਿਹਾ ਵੀ ਦੇਖ ਤੇਰਾ ਮਾਲਕ ਮੈਂ ਹਾਂ, ਠੀਕ ਆ, ਅੱਜ ਤੋਂ ਤੂੰ ਇੱਧਰ ਉੱਧਰ ਤੁਰਨਾ ਫਿਰਨਾ ਨਹੀਂ ਹੈਗਾ ਬਿਲਕੁਲ ਵੀ ਘਰੇ, ਸਿਰਫ ਉਹ ਪਿੰਜਰਾ ਬਣਿਆ ਹੈਗਾ ਛੋਟਾ ਉਹਦੇ ਵਿੱਚ ਰਹਿਣਾ, ਉਹ ਤੋਂ ਬਾਹਰ ਨਹੀਂ ਨਿਕਲਣਾ, ਜੇ ਤੂੰ ਬਾਹਰ ਨਿਕਲਿਆ ਮੈਂ ਤੈਨੂੰ ਮਾਰ ਦੇਣਾ ਗਾ। ਮਾਲਕ ਨੇ ਸੋਚਿਆ ਵੀ ਹੁਣ ਤਾਂ ਇਹ ਤੁਰਨੋਂ ਫਿਰਨੋਂ ਤਾਂ ਰਹਿ ਹੀ ਨਹੀਂ ਸਕਦਾ ਗਾ, ਅਤੇ ਖਾਊ ਪੀਊ ਕਿਉਂ ਜੇ, ਹੈ ਨਾ, ਨਾ ਤੁਰੂ ਫਿਰੂਗਾ। ਮੁਰਗਾ ਚੁੱਪ ਕਰਕੇ ਬੈਠਾ ਰਿਹਾ। ਉਹਨੇ ਕਿਹਾ ਯਾਰ ਮਰਨ ਨਾਲੋਂ ਤਾਂ ਚੰਗਾ ਚੱਲ ਬਹਿ ਜਾਂਦੇ ਇੱਥੇ, ਹੈ ਨਾ। ਦੂਜੇ ਦਿਨ ਮਾਲਕ ਨੇ ਦੇਖਿਆ ਮੁਰਗਾ ਤੁਰਿਆ ਫਿਰਿਆ ਨਹੀਂ, ਹੁਣ ਇਹਨੂੰ ਕੀ ਕਹੀਏ। ਮਾਲਕ ਨੇ ਕਿਹਾ ਅੱਜ ਤੋਂ ਤੂੰ ਬਾਂਗ ਨਹੀਂ ਦੇਣੀ ਜੀ, ਸਵੇਰੇ ਉੱਠ ਕੇ ਕਦੇ ਵੀ ਤੂੰ ਬਾਂਗ ਦਿੱਤੀ ਮੈਂ ਤੈਨੂੰ ਉਸੇ ਵੇਲੇ ਮਾਰ ਦੇਣਾ ਗਾ। ਮੁਰਗਾ ਚਿੰਤਾ ਦੇ ਵਿੱਚ, ਤੁਰਨੋਂ ਫਿਰਨੋਂ ਵੀ ਇਹਨੇ ਰੋਕਤਾ, ਪਿੰਜਰੇ 'ਚ ਮੈਨੂੰ ਤਾੜਤਾ, ਹੁਣ ਕਹਿੰਦਾ ਬਾਂਗ ਨਾ ਦੇ। ਚਲੋ ਕਹਿੰਦਾ ਮੌਤ ਨਾਲੋਂ ਤਾਂ ਚੰਗਾ ਹੀ ਆ, ਨਹੀਂ ਦਿੰਦੇ ਬਾਂਗ, ਬੇਸਿਕ ਨੇਚਰ ਆ ਉਹਦਾ, ਉਹਨੇ ਉਹ ਵੀ ਛੱਡਤਾ ਮੌਤ ਦੇ ਡਰੋਂ। ਅਗਲੇ ਦਿਨ ਮਾਲਕ ਨੇ ਫਿਰ ਦੇਖਿਆ ਵੀ ਇਹਨੇ ਬਾਂਗ ਨਹੀਂ ਦਿੱਤੀ ਅਤੇ ਹੁਣ ਇਹਨੂੰ ਕਿਹੜੇ ਭਾਨੇ ਨਾਲ ਮਾਰੀਏ, ਮਤਲਬ ਕਿ ਉਹ ਦੋਸ਼ੀ ਨਹੀਂ ਬਣਨਾ ਚਾਹੁੰਦਾ ਸੀ ਮਾਲਕ, ਵੀ ਇਹਦੀ ਗਲਤੀ ਦਾ ਇਹਨੂੰ ਮਾਰਨਾ। ਤੀਜੇ ਦਿਨ ਉਹਨੇ ਕਿਹਾ, ਜਦੋਂ ਉਹਨੇ ਕਿਹਾ ਵੀ ਉਹ ਫੰਗ ਫੁੰਗ ਜੇ ਵਾਲੇ ਕਰਦਾ ਹੁੰਦਾ ਨਾ ਮੁਰਗਾ ਕੋਈ ਵੀ ਐਂ ਮਾਰਦਾ ਹੁੰਦਾ, ਉਹ ਕਹਿੰਦਾ ਤੂੰ ਕਹਦੇ ਫੰਗ ਵੀ ਜੇ ਫੜ ਫੜਾਏ ਤੈਨੂੰ ਤਾਂ ਵੀ ਮਾਰ ਦੇਣਾ। ਚਲੋ ਜੀ, ਮੁਰਗੇ ਨੇ ਕਿਹਾ ਚਲੋ ਮੌਤ ਨਾਲੋਂ ਤਾਂ ਇਹ ਵੀ ਚੰਗਾ, ਨਾ ਉਹਨੇ ਆਪਦੇ ਫੰਗ ਫੜ ਫੜਾਏ, ਨਾ ਬਾਂਗ ਦਿੱਤੀ, ਨਾ ਪਿੰਜਰੇ 'ਚੋਂ ਬਾਹਰ ਨਿਕਲਿਆ, ਉੱਥੇ ਹੀ ਬੈਠਾ ਰਿਹਾ। ਤਾਂ ਹੁਣ ਮੁਰਗਾ ਜਿਹੜਾ ਸੀਗਾ ਸੋਚੇ ਵੀ ਹੁਣ ਇਹਦੂ ਪਰੇ ਕੀ ਹੋ ਸਕਦਾ ਗਾ। ਮਾਲਕ ਨੇ ਸੋਚਿਆ ਵੀ ਇਹ ਤਾਂ ਇਹੋ ਜਿਹਾ ਕੰਮ ਮੈਂ ਕਵਾਂ ਜਿਹੜਾ ਇਹ ਕਰ ਨਾ ਸਕੇ। ਮਾਲਕ ਕਹਿੰਦਾ ਤੂੰ ਕੱਲ੍ਹ ਤੋਂ ਰੋਜ਼ ਇੱਕ ਅੰਡਾ ਦਿਆ ਕਰਨਾ। ਹੁਣ ਉਹ ਮੁਰਗਾ ਉਹ ਕਿਹੜਾ ਮੁਰਗੀ ਸੀ ਵੀ ਜੇ ਅੰਡਾ ਨਾ ਦਿੱਤਾ ਮੈਂ ਤੈਨੂੰ ਮਾਰ ਦੇਣਾ। ਮੁਰਗਾ ਦੁਖੀ ਹੋਇਆ, ਅੰਡਾ ਉਹਨੇ ਸਵੇਰ ਨੂੰ ਕਿੱਥੋਂ ਦੇਣਾ ਸੀ ਵਿਚਾਰੇ ਨੇ। ਸੋਚਿਆ ਮੁਰਗਾ, ਕਹਿੰਦਾ ਵੀ ਕਿਉਂ ਬਈ ਦੇ ਤਾ ਅੰਡਾ। ਤਾਂ ਮੁਰਗੇ ਨੇ ਜਵਾਬ ਜਿਹੜਾ ਦਿੱਤਾ ਨਾ, ਕਹਿੰਦਾ ਵੀ ਮੈਂ ਸੋਚਦਾ ਵੀ ਮੈਂ ਪਹਿਲੇ ਦਿਨ ਹੀ ਜਦੋਂ ਤੂੰ ਮੈਨੂੰ ਕਿਹਾ ਸੀ ਪਿੰਜਰੇ ਦੇ ਵਿੱਚ ਬੰਦ ਹੋ ਜਾ, ਮੈਂ ਉਦੋਂ ਹੀ ਵਿਰੋਧ ਕਰਦਾ, ਸੰਘਰਸ਼ ਕਰਦਾ, ਲੜਦਾ, ਇੱਥੋਂ ਭੱਜ ਜਾਂਦਾ, ਇੱਥੋਂ ਉੱਡ ਜਾਂਦਾ, ਤਾਂ ਅੱਜ ਨੂੰ ਮੈਨੂੰ ਇਹ ਗੱਲੋਂ ਨਾ ਮਰਨਾ ਪੈਂਦਾ ਕਿ ਤੂੰ ਅੰਡਾ ਕਿਉਂ ਨਹੀਂ ਜਿਹੜਾ ਕਿ ਮੈਂ ਦੇ ਹੀ ਨਹੀਂ ਸਕਦਾ। ਤਾਂ ਇਹ ਤੋਂ ਸਬਕ ਹੀ ਮਿਲਦਾ ਗਾ, ਜਦੋਂ ਇਨਸਾਨ ਪਹਿਲਾਂ ਕਿਸੇ ਦੀ ਤੰਘੇੜ ਚੱਲਣ ਲੱਗ ਜੇ, ਕਿਸੇ ਦਾ ਆਰਡਰ ਲੈਣ ਲੱਗ ਜੇ, ਅੱਜ ਕੱਲ੍ਹ ਕੀ ਹੁੰਦਾ ਗਾ, ਸੰਘਰਸ਼ ਕਿਉਂ ਹੁੰਦੇ ਆ, ਅੰਦੋਲਨ ਕਿਉਂ ਲੜੇ ਜਾਂਦੇ ਆ। ਇਸੇ ਕਰਕੇ ਜਦੋਂ ਤੂੰ ਤੁਹਾਡੇ 'ਤੇ ਪਹਿਲੀ ਗੁਲਾਮੀ ਗਲ ਪੈਂਦੀ ਹੈ ਨਾ, ਉਸੇ ਵਕਤ ਬੋਲੋ, ਇਹ ਨਾ ਸੋਚੋ ਕਿ ਇਹ ਛੋਟੀ ਚੀਜ਼ ਆ, ਫਿਰ ਉਦੋਂ ਬਾਅਦ 'ਚ ਦੂਜੀ ਚੀਜ਼ ਆਊ, ਤੀਜੀ ਚੀਜ਼ ਆਊ, ਉਦੋਂ ਤੱਕ ਤੁਹਾਨੂੰ ਜਿੰਨਾ ਟਾਈਮ ਐਨ ਮੁੱਠੀ ਦੇ ਵਿੱਚ ਬੰਦ ਕਰਕੇ ਕੁਚਲਿਆ ਨਹੀਂ ਜਾਂਦਾ, ਉਨਾ ਟਾਈਮ ਤੁਹਾਡੇ 'ਤੇ ਪਾਬੰਦੀਆਂ ਵੱਧਦੀਆਂ ਜਾਣਗੀਆਂ। ਤਾਂ ਜਦੋਂ ਪਹਿਲਾ ਮੌਕਾ ਬਣਦਾ ਉੱਥੇ ਹੀ ਬੋਲੋ, ਕੋਈ ਵੀ ਚੀਜ਼ ਛੋਟੀ ਚੀਜ਼ ਨਹੀਂ ਹੁੰਦੀ, ਐਂਡ ਨੂੰ ਬੰਦਾ ਪਛਤਾਉਂਦਾ ਫਿਰ। ਠੀਕ ਹੈ ਜੀ, ਇਹ ਕਹਾਣੀ ਸੀ ਕਿ ਇੰਨੀ ਕੁ ਤੁਸੀਂ ਇਹਨੂੰ ਕਿਸ ਚੀਜ਼ ਨਾਲ ਰਿਲੇਟ ਕਰਕੇ ਦੇਖਦੇ ਹਾਂ, ਕਮੈਂਟ ਕਰਕੇ ਜ਼ਰੂਰ ਦੱਸਿਓ।
ਕਿਹਦੇ ਨਾਲ ਇਹ ਚੀਜ਼ ਹੋ ਰਹੀ ਆ। ਠੀਕ ਹੈ ਜੀ, ਆਪਾਂ ਮਿਲਦੇ ਨੈਕਸਟ ਵੀਡੀਓ ਦੇ ਵਿੱਚ। ਤੁਸੀਂ ਦੇਖ ਰਹੇ ਹਾਂ ਪ੍ਰੋਜੈਕਟ ਵਿਜ਼ਡਮ।